ਅੱਜ ਬਲਾਕ ਸੰਮਤੀ ਪਟਿਆਲਾ ਵਿਖੇ ਤਰਸੇਮ ਸਿੰਘ ਝੰਡੀ ਨੂੰ ਬਲਾਕ ਸੰਮਤੀ ਪਟਿਆਲਾ ਦਾ ਚੇਅਰਮੈਨ ਲਗਾਇਆ ਗਿਆ। ਇਸ ਮੌਕੇ 'ਤੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮਿੰਦਰਾ ਤੋਂ ਇਲਾਵਾ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਗੱਲਬਾਤ ਕਰਦਿਆਂ ਤਰਸੇਮ ਸਿੰਘ ਝੰਡੀ ਨੇ ਕਿਹਾ ਕਿ ਉਹਨਾਂ ਦਾ ਇੱਕੋ ਇੱਕ ਟੀਚਾ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਸੁਰੱਖਿਆ ਦੇਣੀ। ਉਹਨਾਂ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਨਗੇ ਉਹਨਾਂ ਦੇ ਨਾਲ ਜੁੜੇ ਹੋਏ ਸਾਰੇ ਸਰਪੰਚਾਂ ਅਤੇ ਬਲਾਕ ਸੰਮਤੀ ਮੈਂਬਰਾਂ ਦੀ ਬਰਾਬਰ ਇੱਜ਼ਤ ਕੀਤੀ ਜਾਵੇ ਅਤੇ ਉਹਨਾਂ ਦਾ ਕੰਮ ਪਹਿਲ ਦੇ ਆਧਾਰ 'ਤੇ ਹੋਵੇ। ਧੰਨਵਾਦ ਸਾਡੇ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਜੀ, ਮੁੱਖ ਮੰਤਰੀ ਪੰਜਾਬ, ਜੋ ਕਿ ਸਾਨੂੰ ਉਹਨਾਂ ਨੇ ਚੇਅਰਮੈਨ ਚੁਣਿਆ ਅਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਕੈਬਨਿਟ ਮਿਨਿਸਟਰ ਸਰਦਾਰ ਬ੍ਰਹਮਿੰਦਰਾ ਜੀ, ਮਹਾਰਾਣੀ ਪ੍ਰਨੀਤ ਕੌਰ ਜੀ, ਜੋ ਕਿ ਸਾਡੇ ਹਲਕੇ ਸਮਾਣੀ ਦੀ ਜਿੰਦ ਜਾਨ, ਸਰਦਾਰ ਰਜਿੰਦਰ ਸਿੰਘ ਜੀ MLA ਸਮਾਣਾ ਅਤੇ ਉਹਨਾਂ ਦੀ ਮਿਸ ਜੀ ਮੈਡਮ ਰਵੀ ਜੀ ਅਤੇ ਸਾਡੇ ਜਿੰਨੇ ਵੀ ਸੰਮਤੀ ਮੈਂਬਰ ਅਤੇ ਪੰਚ ਸਰਪੰਚ ਅਤੇ ਮੇਰਾ ਗਰੁੱਪ ਸਾਰੇ ਦੀ ਅੱਜ ਜਿੱਤ ਆ ਜੀ। ਫਿਊਚਰ ਪੁਆਇੰਟ ਇਹੀ ਹੈ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇੱਕ ਹੀ ਬੇਨਤੀ ਆ, ਜਿੰਨੇ ਵੀ ਸਾਡੇ ਅਫਸਰ ਨੇ, ਸਭ ਤੋਂ ਪਹਿਲਾਂ ਨੂੰ ਇਹੀ ਆ ਵੀ ਸਾਡਾ ਕੋਈ ਵੀ ਸਰਪੰਚ ਪੰਚ ਅਤੇ ਜਿੰਨੇ ਵੀ ਸਾਡੇ ਮੁੱਢਲੇ ਬੰਦੇ ਆ, ਕੋਈ ਵੀ ਬਿਨਾਂ ਕੰਮ ਤੋਂ ਇੱਥੋਂ ਨਾ ਜਾਵੇ। ਬਹੁਤ ਜ਼ਿਆਦਾ ਕੰਮ ਨੇ ਜੀ, ਸਾਡਾ ਦੇਖਿਆ ਵੀ ਬਹੁਤ ਟੋਬਿਆਂ ਦਾ ਬਹੁਤ ਮਾੜਾ ਹਾਲ ਆ, ਗਲੀਆਂ ਨਾਲੀਆਂ ਉਹ ਤੋਂ ਵੀ ਮਾੜਾ ਹਾਲ ਆ ਜੀ, ਅਤੇ ਬਹੁਤ ਕੰਮ ਨੇ ਜਿਹੜੇ ਕਰਨ ਵਾਲੇ, ਅਸੀਂ ਸਾਰੇ ਵੱਧ ਤੋਂ ਵੱਧ ਕਰਾਂਗੇ।